ਹਾਲ ਚਾਲ ਹਰਮਨ ਅੰਦਰ ਮੈਂ ਆਪ ਜੀ ਨੂੰ ਪਹਿਲਾਂ ਸਭ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਸਾਡੇ ਸਕੂਲ SSP ਮੈਮ ਨੇ ਆ ਕੇ ਨਸ਼ਿਆਂ ਬਾਰੇ ਜਾਗਰੂਕਤਾ ਕੀਤਾ ਅਤੇ ਜਿਹੜੇ ਸਾਨੂੰ ਹੋਰ ਉਹਨਾਂ ਤੋਂ ਨਵੀਆਂ ਗੱਲਾਂ ਸਿੱਖਣ ਨੂੰ ਮਿਲੀਆਂ ਅਤੇ ਜਿਹੜੀ ਸਾਡੀਆਂ ਔਰਤਾਂ ਸੀ ਉਹਨਾਂ ਨੂੰ ਉਹਨਾਂ ਨੇ ਨਵਾਂ ਗੱਲਾਂ ਸਿਖਾਈਆਂ ਕਿ ਬੰਦਿਆਂ ਤੋਂ ਡਰਨਾ ਨਹੀਂ, ਉਹਨਾਂ ਨਾਲ ਜੁੜ ਕੇ ਰਹਿਣਾ ਅਤੇ ਉਹਨਾਂ ਵਾਂਗੂ ਹੀ ਚੱਲਣਾ ਹੈ। ਧੰਨਵਾਦ। ਹਾਂਜੀ ਸਰ, ਪੰਜਾਬ ਸਰਕਾਰ ਨੇ ਜੋ ਇਹ ਔਰਤਾਂ ਲਈ ਮੁਹਿੰਮ ਚਲਾਈ ਹੈ, ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਆਉਣ ਵਾਲੀ ਪੀੜ੍ਹੀ ਸਾਡੀ ਨਸ਼ਿਆਂ ਤੋਂ ਬਚ ਸਕੇ, ਜੋ ਪਿੰਡਾਂ ਵਿੱਚ ਨਸ਼ੇ ਚੱਲ ਰਹੇ ਆ ਨਸ਼ੇ 'ਤੇ ਪਾਬੰਦੀ ਲਾਈ ਜਾ ਸਕੇ। ਪੰਜਾਬ ਸਰਕਾਰ ਦਾ ਧੰਨਵਾਦ ਕਰਦੀ ਹਾਂ, ਇਸ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦੀ ਹਾਂ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਨਸ਼ਿਆਂ ਤੋਂ ਮੁਕਤ ਰਹੇ ਅਤੇ ਗੇਮਾਂ ਵੱਲ ਵੱਧ ਧਿਆਨ ਰੱਖੇ ਅਤੇ ਪੜ੍ਹਾਈ ਵੱਲ ਵੀ ਜ਼ਿਆਦਾ ਤੋਂ ਜ਼ਿਆਦਾ ਧਿਆਨ ਰੱਖੇ। ਕਾਈਂਡਲੀ ਸਾਨੂੰ ਦੱਸੋ, ਅਸੀਂ ਉਹਨਾਂ ਦੀ ਮਦਦ ਕਰਾਂਗੇ। ਨੰਬਰ 2, ਜਿਵੇਂ ਮੈਡਮ ਨੇ ਤੁਹਾਨੂੰ ਦੱਸਿਆ ਵੀ ਹੋਊਗਾ ਕਿ ਫਿਰੋਜ਼ਪੁਰ ਪੁਲਿਸ ਵੱਲੋਂ ਨਿਵੇਕਲੀ ਪਹਿਲ ਸਟਾਰਟ ਕੀਤੀ ਗਈ ਹੈ, ਜਿਹੜੇ ਵਿੱਚ ਅਸੀਂ ਹਰ ਗਾਓਂ ਅਤੇ ਪਿੰਡ ਦੇ ਵਿੱਚ ਜਾ ਰਹੇ ਨੇ ਔਰ ਜਿਹੜੀ ਸਾਡੀ ਕੁੜੀਆਂ ਵਾਂ ਨੇ, ਮਾਤਾ ਹੈ, ਬਹਿਨ ਹੈ, ਉਹਨੂੰ ਜੋ ਸਾਡੀ ਪਹਿਲ ਹੈ ਉਸਮੇ ਸਾਡਾ ਸਾਥ ਦੇ। ਫਿਰੋਜ਼ਪੁਰ ਪੁਲਿਸ ਦੇ ਵਿੱਚ 1464 ਲੋਕ ਹੈਗੇ, ਉਹਦੇ ਵਿੱਚ ਲੜਕੀਆਂ ਸਿਰਫ 181 ਨੇ ਮੈਨੂੰ ਮਿਲਾ ਕੇ। ਮੈਂ ਫਿਰ ਤੇ ਰਿਪੀਟ ਕਰ ਰਹੀ ਹਾਂ, ਫਿਰੋਜ਼ਪੁਰ ਪੁਲਿਸ ਜਿਹੜੀ ਜਿਹੜਾ ਤੁਸੀਂ ਦੇਖਦੇ ਹੋ ਲੱਖੋ ਕੇ ਬੈਰਾਮ ਗੁਰੂਵਾਰ ਸਾਹਿਬ ਸੇ ਲੈ ਕੇ ਪੂਰਾ ਜ਼ੀਰਾ ਤੱਕ, ਗਲਕੋਟ ਕੁਲਗੜੀ ਪੂਰਾ ਸ਼ਹਿਰ ਤੁਹਾਡਾ, ਇੰਨਾ ਵੱਡਾ ਏਰੀਆ ਮੱਖੂ ਤੱਕ, ਸਿਰਫ 1464 ਪੁਲਿਸ ਵਾਲੇ ਜੋ ਤੁਸੀਂ ਦੇਖ ਰਹੇ ਹੋ ਇਹਨਾਂ ਨੇ ਸਾਂਭ ਰੱਖਿਆ ਹੈ, ਪਰ ਉਹਦੇ ਵਿੱਚ ਕੁੜੀਆਂ ਸਿਰਫ 181 ਨੇ। ਇਹ ਕੁੜੀਆਂ ਮੇਰੇ ਕੋਲ ਆਈ ਤੇ ਅਸੀਂ ਡਿਸਕਸ ਕੀਤਾ ਕਿ ਜਦ ਵੀ ਅਸੀਂ ਪਿੰਡ ਦੇ ਵਿੱਚ ਜਾਂਦੇ ਨੇ, ਮੈਂ ਤੁਹਾਡੀ SSP ਆ, ਤੁਸੀਂ ਬਿਲੀਵ ਕਰੋ ਜਦ ਵੀ ਮੈਂ ਪਿੰਡ ਦੇ ਵਿੱਚ ਜਾਂਦੀ ਹਾਂ ਤੇ ਘੱਟੋ ਘੱਟ ਲੱਗਿਆ ਸਾਡੇ ਨੂੰ 10-12, 100-200 ਜਿੰਨੇ ਲੋਕ ਆਉਂਦੇ ਆ ਉਹਦੇ ਵਿੱਚ ਕੁੜੀਆਂ ਜਾਂ ਮਾਤਾ ਇੱਕ ਜਾਂ ਦੋ ਆਪ ਆਉਂਦੀਆਂ, ਤੁਸੀਂ ਸਮਝ ਰਹੇ ਹੋ। ਮੈਂ ਜਾਣਦੀ ਤੇ ਮੈਂ ਇਕੱਲੀ ਕੁੜੀ ਆਉਂਦੀ ਹਾਂ, ਸਾਡੀ ਜੀਓ ਲੈਵਲ ਦੇ ਸਾਰੇ ਅਧਿਕਾਰੀ ਪੁਰਸ਼ ਆਉਂਦੇ ਨੇ ਤੇ ਜਿਹੜੀ ਕੁੜੀਆਂ ਹੈਗੀ ਇੱਕ ਨਾਮ SHO ਹੈਗੇ, ਇੱਕ ਹੀ ਤੁਸੀਂ SHO, ਇੱਕ ਨਵੀਂ, ਦੋ ਹੀ ਕੁੜੀਆਂ SHO ਨੇ ਸਾਡੇ ਕੋਲ ਤੇ ਕੁੜੀਆਂ ਸਾਹਮਣੇ ਹੀ ਨਹੀਂ ਆਉਂਦੀ ਸੀ। ਔਰ ਜਦ ਮੈਂ ਆਫਿਸ ਦੇ ਅੰਦਰ ਆਉਂਦੀ ਹਾਂ ਤੇ ਸਾਡੇ ਕਿ ਮੈਡਮ ਜੀ ਸਾਨੂੰ ਬਚਾ ਲਓ, ਸਾਡੇ ਪੁੱਤ ਦਾ ਇੱਦਾਂ ਦਾ ਹਾਲ ਹੈ, ਸਾਡੇ ਭਾਈ ਦਾ ਹੈਗਾ, ਭਰਾ ਦਾ ਹੈਗਾ, ਸਾਡਾ ਹਸਬੈਂਡ ਵਧੀਆ ਆਦਮੀ ਸੀਗਾ ਪਰ ਇਸ ਗਲਤ ਦੇ ਕਾਰਨ ਹੁਣ ਉਹਦਾ ਵਿਵਹਾਰ ਵੀ ਚੇਂਜ ਹੋ ਗਿਆ, ਉਹ ਵੀ ਬਦਲ ਰਿਹਾ ਹੈ ਤੇ ਸਾਨੂੰ ਲੱਗਿਆ ਕਿ ਕਹੀਂ ਨਾ ਕਹੀਂ ਸਾਨੂੰ ਇੱਕ ਪ੍ਰਯਾਸ ਕਰਨਾ ਚਾਹੀਦਾ ਹੈ, ਕੋਸ਼ਿਸ਼ ਕਰਨੀ ਚਾਹੀਦੀ ਭਾਵੇਂ ਉਹ ਕਿੰਨੀ ਵੀ ਛੋਟੀ ਹੋ, ਕਿ ਅਸੀਂ ਆਪਣੀ ਮਾਤਾ ਤੇ ਬਹਿਨਾਂ ਦੇ ਨਾਲ ਜਾਏ, ਉਹਨਾਂ ਦੇ ਨਾਲ ਰਾਬਤਾ ਕਰੇ ਤੇ ਜਿਹੜੇ ਬੰਦੇ ਤੁਹਾਨੂੰ ਦੁੱਖ ਦੇ ਰਹੇ ਹੈ ਉਹਨ ਬੰਦੇ ਨੂੰ ਅਸੀਂ ਜੇਲ੍ਹ ਦੇ ਪਿੱਛੇ ਆ ਜਾ ਵੀ ਉਹ ਜਾਣਾ ਜਾ ਵੀ ਉਹਨਾਂ ਦੇ ਲਈ ਜੋ ਸਹੀ ਜਗ੍ਹਾ ਉੱਤੇ ਭੇਜੇ।
ਤੇ ਮੇਰੇ ਜਾਣ ਤੋਂ ਬਾਅਦ ਅਸੀਂ ਇਹ ਉਮੀਦ ਕਰਾਂਗੇ ਕਿ ਜੋ ਸਾਡੇ ਸਾਂਝ ਦੇ ਮੁਲਾਜ਼ਮ ਹੈਗੇ ਇੱਥੇ ਸਾਡੇ ਸਾਰੇ ਜਿੰਨੇ ਭਾਈ ਅਤੇ ਕਲੀਗਸ ਹੈ ਉਹ ਤੁਹਾਡੇ ਨਾਲ ਰਾਬਤਾ ਕਰਕੇ ਸਿੰਪਲ ਤੁਹਾਨੂੰ ਚਿੱਟ ਦੇ ਦਾਂਗੇ। ਤੁਹਾਨੂੰ ਉਸਦੇ ਉੱਪਰ ਜਿਸਦਾ ਨਾਮ ਲਿਖਣਾ ਹੈ, ਜੋ ਕਰਨਾ ਹੈ, ਜਿਵੇਂ ਕਰਨਾ, ਤੁਸੀਂ ਸਾਨੂੰ ਫੜਾ ਦਿਓ। ਜੋ ਤੁਹਾਨੂੰ ਤੁਹਾਡੇ ਗਾਂਵ ਜਾਂ ਪਿੰਡ ਦੇ ਵਿੱਚ ਲੋਕ ਪਰੇਸ਼ਾਨ ਕਰ ਰਹੇ ਨੇ, ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੋ, ਨਸ਼ਾ ਸੰਬੰਧੀ ਹੋ, ਤੁਹਾਨੂੰ ਲੱਗਦਾ ਹੈ ਕਿ ਕੋਈ ਵੇਚ ਰਿਹਾ ਹੈ ਜਾਂ ਕੁਛ ਇੱਦਾਂ ਦਾ ਕਰ ਰਿਹਾ ਹੈ, ਸਾਨੂੰ ਦੱਸੋ, ਅਸੀਂ ਉਹਨਾਂ ਦੇ ਖਿਲਾਫ਼ ਜ਼ਰੂਰ ਕਾਰਵਾਈ ਕਰਾਂਗੇ। ਅਤੇ ਇਹ ਜਿਹੜੀ ਨਵੇਕਲੀ ਪਹਿਲ ਹੈ ਉਸਦਾ ਇੱਕ ਜਿਵੇਂ ਕਹਿੰਦੇ ਪਰਚਮ ਜਾਂ ਇੱਕ ਪਕਸ਼ ਇਹ ਹੈ ਕਿ ਅਸੀਂ ਚਾਹ ਰਹੇ ਨੇ ਕਿ ਤੁਸੀਂ ਸਾਡੇ ਨਾਲ ਕੋਆਪਰੇਟ ਕਰੋ ਅਤੇ ਅੱਗੇ ਆਓ। ਨਸ਼ੇ ਦੀ ਲੜਾਈ ਜਿਹੜੀ ਹੈ ਸਾਡੀ 181 ਕੁੜੀਆਂ ਲੜ ਰਹੀ ਹੈ, ਤੁਸੀਂ ਵੀ ਸਾਡੇ ਨਾਲ ਲੜੋ।